ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਮੇਲ ਓਰੀਐਂਟਡ ਫਿਲਮਾਂ ਬਣਦੀਆਂ ਨੇ। ਵੁਮੈਨ ਓਰੀਐਂਟਡ ਸਿਨੇਮਾ ਇਸ ਇੰਡਸਟਰੀ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ, ਬਟ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਐਸੀਆਂ ਫਿਲਮਾਂ ਬਣਨਗੀਆਂ ਜਿਸ ਦੇ ਵਿੱਚ ਮਹਿਲਾਵਾਂ ਦੀ ਕਹਾਣੀ ਦਰਸਾਈ ਜਾਏਗੀ। ਜਿੱਥੇ 30 ਅਗਸਤ ਨੂੰ ਫਿਲਮ ਬੀਬੀ ਰਜਨੀ ਰਿਲੀਜ਼ ਹੋਣ ਵਾਲੀ ਹੈ, ਉੱਥੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਇੱਕ ਐਸੀ ਫਿਲਮ ਲੈ ਕੇ ਆਈ ਜਾਏਗੀ ਜਿਹਦੇ ਵਿੱਚ ਮਹਿਲਾਵਾਂ ਦੀ ਕਹਾਣੀ ਦਿਖਾਈ ਜਾਏਗੀ। ਵੈਸੇ ਗੋਡੇ ਗੋਡੇ ਚਾਹ ਤੇ ਕਈ ਹੋਰ ਐਸੀਆਂ ਫਿਲਮਾਂ ਬਣ ਚੁੱਕੀਆਂ ਨੇ ਜੋ ਕਿ ਵੁਮੈਨ ਓਰੀਐਂਟਡ ਨੇ। ਉੱਥੇ ਹੀ ਸੁੱਖ ਸੰਘੇੜਾ ਫਿਲਮ ਲੈ ਕੇ ਆ ਰਹੇ ਨੇ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ, ਜਿਹਦੇ ਵਿੱਚ ਮਾਝੇ ਮਾਲਵੇ ਤੇ ਦੁਆਬੇ ਦੀਆਂ ਕੁੜੀਆਂ ਦੀ ਕਹਾਣੀ ਦਿਖਾਈ ਜਾਏਗੀ। ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਜਾਏਗਾ ਸੁੱਖ ਸੰਘੇੜਾ ਵੱਲੋਂ, ਜਿਸਦਾ ਆਫੀਸ਼ੀਅਲ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਸ ਪੋਸਟਰ ਦੇ ਨਾਲ ਕੈਪਸ਼ਨ ਦਿੱਤੀ ਗਈ ਹੈ, ਪੰਜਾਬੀ ਸੱਭਿਆਚਾਰ ਦੇ ਵਿਲੱਖਣ ਰੰਗ ਛੇਤੀ ਵੱਡੀ ਸਕਰੀਨ ਤੇ ਦੇਖਣ ਨੂੰ ਮਿਲਣਗੇ। ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਅਗਲੇ ਸਾਲ 2025 ਨੂੰ, ਯਾਨੀ ਕਿ ਇਹ ਫਿਲਮ 2025 ਨੂੰ ਰਿਲੀਜ਼ ਕੀਤੀ ਜਾਏਗੀ। ਰੀਸੈਂਟਲੀ ਸੁੱਖ ਸੰਘੇੜਾ ਨੇ ਫਿਲਮ ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ ਨੂੰ ਡਾਇਰੈਕਟ ਕੀਤਾ, ਜਿਹਦੇ ਵਿੱਚ ਅਰਮਾਨ ਬੇਦਿਲ ਨਜ਼ਰ ਆਉਣਗੇ। ਉਸ ਫਿਲਮ ਦਾ ਕੰਮ ਪੂਰਾ ਹੋ ਚੁੱਕਾ ਹੈ, ਉਸ ਤੋਂ ਬਾਅਦ ਸੁੱਖ ਸੰਘੇੜਾ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਫਿਲਮ ਨੂੰ ਡਾਇਰੈਕਟ ਕਰਨ ਦੀ ਪਲੈਨਿੰਗ ਕਰਨਗੇ। ਇਸ ਫਿਲਮ ਦੇ ਵਿੱਚ ਕਿਹੜੇ ਕਿਹੜੇ ਕਿਰਦਾਰ ਸ਼ਾਮਿਲ ਕੀਤੇ ਗਏ ਨੇ ਉਸ ਬਾਰੇ ਅਜੇ ਕੁਝ ਵੀ ਰਿਵੀਲ ਨਹੀਂ ਕੀਤਾ ਗਿਆ, ਬਸ ਐਨੀਮੇਟਿਡ ਪੋਸਟਰ ਸਾਹਮਣੇ ਆਇਆ ਹੈ। ਪਰ ਜਦ ਮਾਝੇ ਮਾਲਵੇ ਤੇ ਦੁਆਬੇ ਦੀਆਂ ਜੱਟੀਆਂ ਇੱਕ ਸਕਰੀਨ ਉੱਤੇ ਨਜ਼ਰ ਆਉਣਗੇ ਤਦ ਮਜ਼ਾ ਜ਼ਰੂਰ ਆਏਗਾ, ਕਿਉਂਕਿ ਮਾਝੇ ਦੀਆਂ ਜੱਟੀਆਂ ਦਾ, ਮਾਲਵੇ ਦੀਆਂ ਜੱਟੀਆਂ ਦਾ ਤੇ ਦੁਆਬੇ ਦੀਆਂ ਜੱਟੀਆਂ ਦਾ ਅੰਦਾਜ਼ ਅਲੱਗ ਹੀ ਹੁੰਦਾ ਹੈ। ਜਦ ਤਿੰਨੋਂ ਇੱਕੋ ਸਕਰੀਨ ਉੱਤੇ ਹੋਣਗੀਆਂ ਤਦ ਕਮਾਲ ਜ਼ਰੂਰ ਹੋਵੇਗਾ। ਸੁੱਖ ਸੰਘੇੜਾ ਨੇ ਸੋਸ਼ਲ ਮੀਡੀਆ ਉੱਤੇ ਪੋਸਟਰ ਸ਼ੇਅਰ ਕੀਤਾ ਹੈ, ਨਾਲ ਬਹੁਤ ਸਾਰੇ ਟੈਗਸ ਵੀ ਦਿੱਤੇ ਨੇ ਜਿਹਦੇ ਵਿੱਚ ਅਰਮਾਨ ਬੇਦਿਲ ਦਾ ਨਾਮ ਸ਼ਾਮਿਲ ਹੈ, ਯਾਨੀ ਕਿ ਇਸ ਫਿਲਮ ਦੇ ਵਿੱਚ ਵੀ ਅਰਮਾਨ ਬੇਦਿਲ ਨਜ਼ਰ ਆਉਣਗੇ। ਸੁੱਖ ਸੰਘੇੜਾ ਦੇ ਨਾਲ ਅਰਮਾਨ ਬੇਦਿਲ ਦੀ ਇਹ ਦੂਸਰੀ ਫਿਲਮ ਹੋਏਗੀ। ਇਸ ਤੋਂ ਪਹਿਲਾਂ ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟਦੀ ਦੇ ਵਿੱਚ ਅਰਮਾਨ ਬੇਦਿਲ ਸੁੱਖ ਸੰਘੇੜਾ ਨਾਲ ਕੰਮ ਕਰ ਚੁੱਕੇ ਨੇ ਤੇ ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤੀ ਜਾਣ ਵਾਲੀ ਇਹ ਤੀਸਰੀ ਫਿਲਮ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਲਾਈਏ ਜੇ ਯਾਰੀਆਂ ਫਿਲਮ ਨੂੰ ਸੁੱਖ ਸੰਘੇੜਾ ਡਾਇਰੈਕਟ ਕਰ ਚੁੱਕੇ ਨੇ ਜੋ ਕਿ ਰਿਲੀਜ਼ ਹੋ ਚੁੱਕੀ ਹੈ, ਤੇ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟਦੀ ਤੇ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਫਿਲਮ ਦੇ ਵਿੱਚ ਸੁੱਖ ਸੰਘੇੜਾ ਦੀ ਡਾਇਰੈਕਸ਼ਨ ਇੱਕ ਵਾਰ ਫਿਰ ਤੋਂ ਨਜ਼ਰ ਆਏਗੀ। ਸੁੱਖ ਸੰਘੇੜਾ ਜਿਨ੍ਹਾਂ ਨੇ ਬਹੁਤ ਸਾਰੇ ਪੰਜਾਬੀ ਮਿਊਜ਼ਿਕ ਗਾਣੇ ਡਾਇਰੈਕਟ ਕੀਤੇ ਨੇ ਜੋ ਕਿ ਸੁਪਰ ਡੁਪਰ ਹਿੱਟ ਵੀ ਹੋਏ ਨੇ, ਤੇ ਹੁਣ ਉਹ ਆਪਣੀ ਡਾਇਰੈਕਸ਼ਨ ਨੂੰ ਫਿਲਮਾਂ ਦੇ ਜ਼ਰੀਏ ਵੀ ਸਾਬਿਤ ਕਰ ਰਹੇ ਨੇ। ਤੋਂ ਇੰਤਜ਼ਾਰ ਰਹੇਗਾ ਫਿਲਮ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਦਾ ਜੋ ਕਿ ਅਗਲੇ ਸਾਲ 2025 ਨੂੰ ਰਿਲੀਜ਼ ਕੀਤੀ ਜਾਏਗੀ। ਸੋ ਇਸ ਫਿਲਮ ਦੇ ਵਿੱਚ ਕਿਰਦਾਰ ਕਿਹੜੇ ਕਿਹੜੇ ਹੋਣਗੇ ਉਸ ਬਾਰੇ ਵੀ ਐਕਸਾਈਟਮੈਂਟ ਰਹੇਗੀ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।